ਪਾਤੜਾਂ 'ਚ ਕਾਰ ਬਾਜ਼ਾਰ ਦੇ ਨਜ਼ਦੀਕ ਫਾਇਰਿੰਗ ਹੋਈ ਹੈ, ਜਿਸ ਦੇ ਵਿੱਚ ਇੱਕ ਨੌਜਵਾਨ ਜ਼ਖਮੀ ਹੋਇਆ, ਉਸ ਨੂੰ ਪਟਿਆਲਾ ਰਹਿੰਦਰਾ ਹਸਪਤਾਲ ਰੈਫਰ ਕੀਤਾ ਗਿਆ ਹੈ ਔਰ ਇੱਕ ਨੌਜਵਾਨ ਦੇ ਗੰਭੀਰ ਸੱਟਾਂ ਲੱਗੀਆਂ। ਪਹਿਲਾਂ ਕੋਈ ਔਰਤ ਦੱਸਦੇ ਵੀ ਕਾਰ ਦੇ ਵਿੱਚ ਆਈ ਅਤੇ ਉਹਨੇ ਸਾਹਮਣੇ ਕਾਰ ਦੇ ਵਿੱਚ ਟੱਕਰ ਮਾਰੀ ਔਰ ਉਸ ਦੇ ਬਾਅਦ ਫਾਇਰ ਕੀਤੇ ਹੈ, ਜਿਸ ਦੇ ਵਿੱਚ ਇਹ ਨੌਜਵਾਨ ਰਵਿੰਦਰ ਸਿੰਘ ਜ਼ਖਮੀ ਹੋਇਆ। ਇਸ ਦੀ ਪੁਸ਼ਟੀ DSP ਪਾਤੜਾ ਦਲਜੀਤ ਸਿੰਘ ਵੱਲੋਂ ਕੀਤੀ ਗਈ। ਕੀ ਗੱਲ ਹੋਈ ਅੱਜ ਜੀ? ਗੱਲ ਕੀ ਜੀ, ਬਸ ਅਸੀਂ ਉੱਥੇ, ਮੇਰਾ ਆਫਿਸ ਹੈ, ਅਸੀਂ ਉੱਥੇ ਜਾਈ ਜਾਂਦੇ ਸੀ, ਬੰਦਾ ਆਪਣਾ ਜਾਣਕਾਰ ਸੀਗਾ ਜੀ, ਉਹਨੂੰ ਕੋਈ ਬੰਦੇ ਕਿਟਨੈਪ ਕਰੀ ਜਾਂਦੇ ਸੀਗੇ, ਖਿੱਚ ਕੇ ਲੈ ਕੇ ਜਾਂਦੇ, ਅਤੇ ਅਸੀਂ ਛੜਾਉਣ ਲੱਗ ਗਏ ਉਹਨੂੰ, ਸੱਟਾਂ ਸੁੱਟਾਂ ਮਾਰਦੇ ਸੀ। ਜਦੋਂ ਛੜਾਉਣ ਲੱਗੇ ਇੱਕ ਕਹਿੰਦਾ ਮੈਂ ਤੇਰੀ ਗੋਲੀ ਮਾਰਨੀ ਹੈ, ਮੇਰੇ ਛੜਾਉਂਦੀ ਉਹਨੇ ਗੋਲੀ ਮਾਰਤੀ। ਅੱਛਾ ਜੀ, ਕਿੰਨੇ ਜਣੇ ਸੀ ਉਹ? ਚਾਰ ਪੰਜ ਜਣੇ ਸੀਗੇ, ਦੋ ਬੰਦੇ, ਚਾਰ ਪੰਜ ਤਕਰੀਬਨ ਇੰਨੀ ਕੀਤੀ ਸੀ, ਦੋ ਲੇਡੀਜ਼ ਸੀਗੀਆਂ। ਠੀਕ ਹੈ ਜੀ, ਤੁਹਾਡੇ ਉੱਥੇ ਵੱਜੀ ਗੋਲੀ? ਪਾਤੜਾਂ 'ਚ ਕਾਰ ਬਾਜ਼ਾਰ ਦੇ ਨਜ਼ਦੀਕ ਫਾਇਰਿੰਗ ਹੋਈ ਹੈ, ਜਿਸ ਦੇ ਵਿੱਚ ਇੱਕ ਨੌਜਵਾਨ ਜ਼ਖਮੀ ਹੋਇਆ, ਉਸ ਨੂੰ ਪਟਿਆਲਾ ਰਹਿੰਦਰਾ ਹਸਪਤਾਲ ਰੈਫਰ ਕੀਤਾ ਗਿਆ ਹੈ ਔਰ ਇੱਕ ਨੌਜਵਾਨ ਦੇ ਗੰਭੀਰ ਸੱਟਾਂ ਲੱਗੀਆਂ। ਪਹਿਲਾਂ ਕੋਈ ਔਰਤ ਦੱਸਦੇ ਵੀ ਕਾਰ ਦੇ ਵਿੱਚ ਆਈ ਅਤੇ ਉਹਨੇ ਸਾਹਮਣੇ ਕਾਰ ਦੇ ਵਿੱਚ ਟੱਕਰ ਮਾਰੀ ਔਰ ਉਸ ਦੇ ਬਾਅਦ ਫਾਇਰ ਕੀਤੇ ਹੈ, ਜਿਸ ਦੇ ਵਿੱਚ ਇਹ ਨੌਜਵਾਨ ਰਵਿੰਦਰ ਸਿੰਘ ਜ਼ਖਮੀ ਹੋਇਆ। ਇਸ ਦੀ ਪੁਸ਼ਟੀ DSP ਪਾਤੜਾ ਦਲਜੀਤ ਸਿੰਘ ਵੱਲੋਂ ਕੀਤੀ ਗਈ। ਕੀ ਗੱਲ ਹੋਈ ਅੱਜ ਜੀ? ਗੱਲ ਕੀ ਜੀ, ਬਸ ਅਸੀਂ ਉੱਥੇ, ਮੇਰਾ ਆਫਿਸ ਹੈ, ਅਸੀਂ ਉੱਥੇ ਜਾਈ ਜਾਂਦੇ ਸੀ, ਬੰਦਾ ਆਪਣਾ ਜਾਣਕਾਰ ਸੀਗਾ ਜੀ, ਉਹਨੂੰ ਕੋਈ ਬੰਦੇ ਕਿਟਨੈਪ ਕਰੀ ਜਾਂਦੇ ਸੀਗੇ, ਖਿੱਚ ਕੇ ਲੈ ਕੇ ਜਾਂਦੇ, ਅਤੇ ਅਸੀਂ ਛੜਾਉਣ ਲੱਗ ਗਏ ਉਹਨੂੰ ਸੱਟਾਂ ਸੁੱਟਾਂ ਮਾਰਦੇ ਸੀ। ਜਦੋਂ ਛੜਾਉਣ ਲੱਗੇ ਇੱਕ ਕਹਿੰਦਾ ਮੈਂ ਤੇਰੀ ਗੋਲੀ ਮਾਰਨੀ ਹੈ, ਮੇਰੇ ਛੜਾਉਂਦੀ ਉਹਨੇ ਗੋਲੀ ਮਾਰਤੀ। ਅੱਛਾ ਜੀ, ਕਿੰਨੇ ਜਣੇ ਸੀ ਉਹ? ਚਾਰ ਪੰਜ ਜਣੇ ਸੀਗੇ, ਦੋ ਬੰਦੇ, ਚਾਰ ਪੰਜ ਤਕਰੀਬਨ ਇੰਨੀ ਕੀਤੀ ਸੀ, ਦੋ ਲੇਡੀਜ਼ ਸੀਗੀਆਂ। ਠੀਕ ਹੈ ਜੀ, ਤੁਹਾਡੇ ਇੱਥੇ ਲੱਤ ਵੱਜੀ ਗੋਲੀ? ਪਾਤੜਾਂ 'ਚ ਕਾਰ ਬਾਜ਼ਾਰ ਦੇ ਨਜ਼ਦੀਕ ਫਾਇਰਿੰਗ ਹੋਈ ਹੈ, ਜਿਸ ਦੇ ਵਿੱਚ ਇੱਕ ਨੌਜਵਾਨ ਜ਼ਖਮੀ ਹੋਇਆ, ਉਸ ਨੂੰ ਪਟਿਆਲਾ ਰਹਿੰਦਰਾ ਹਸਪਤਾਲ ਰੈਫਰ ਕੀਤਾ ਗਿਆ ਹੈ ਔਰ ਇੱਕ ਨੌਜਵਾਨ ਦੇ ਗੰਭੀਰ ਸੱਟਾਂ ਲੱਗੀਆਂ। ਪਹਿਲਾਂ ਕੋਈ ਔਰਤ ਦੱਸਦੇ ਵੀ ਕਾਰ ਦੇ ਵਿੱਚ ਆਈ ਅਤੇ ਉਹਨੇ ਸਾਹਮਣੇ ਕਾਰ ਦੇ ਵਿੱਚ ਟੱਕਰ ਮਾਰੀ ਔਰ ਉਸ ਦੇ ਬਾਅਦ ਫਾਇਰ ਕੀਤੇ ਹੈ, ਜਿਸ ਦੇ ਵਿੱਚ ਇਹ ਨੌਜਵਾਨ ਰਵਿੰਦਰ ਸਿੰਘ ਜ਼ਖਮੀ ਹੋਇਆ। ਇਸ ਦੀ ਪੁਸ਼ਟੀ DSP ਪਾਤੜਾ ਦਲਜੀਤ ਸਿੰਘ ਵੱਲੋਂ ਕੀਤੀ ਗਈ। ਕੀ ਗੱਲ ਹੋਈ ਅੱਜ ਜੀ? ਗੱਲ ਕੀ ਜੀ, ਬਸ ਅਸੀਂ ਉੱਥੇ, ਮੇਰਾ ਆਫਿਸ ਹੈ, ਅਸੀਂ ਉੱਥੇ ਜਾਈ ਜਾਂਦੇ ਸੀ, ਬੰਦਾ ਆਪਣਾ ਜਾਣਕਾਰ ਸੀਗਾ ਜੀ, ਉਹਨੂੰ ਕੋਈ ਬੰਦੇ ਕਿਟਨੈਪ ਕਰੀ ਜਾਂਦੇ ਸੀਗੇ, ਖਿੱਚ ਕੇ ਲੈ ਕੇ ਜਾਂਦੇ, ਅਤੇ ਅਸੀਂ ਛੜਾਉਣ ਲੱਗ ਗਏ ਉਹਨੂੰ ਸੱਟਾਂ ਸੁੱਟਾਂ ਮਾਰਦੇ ਸੀ। ਜਦੋਂ ਛੜਾਉਣ ਲੱਗੇ ਇੱਕ ਕਹਿੰਦਾ ਮੈਂ ਤੇਰੀ ਗੋਲੀ ਮਾਰਨੀ ਹੈ, ਮੇਰੇ ਛੜਾਉਂਦੀ ਉਹਨੇ ਗੋਲੀ ਮਾਰਤੀ। ਅੱਛਾ ਜੀ, ਕਿੰਨੇ ਜਣੇ ਸੀ ਉਹ? ਚਾਰ ਪੰਜ ਜਣੇ ਸੀਗੇ, ਦੋ ਬੰਦੇ, ਚਾਰ ਪੰਜ ਤਕਰੀਬਨ ਇੰਨੀ ਕੀਤੀ ਸੀ, ਦੋ ਲੇਡੀਜ਼ ਸੀਗੀਆਂ। ਠੀਕ ਹੈ ਜੀ, ਤੁਹਾਡੇ ਇੱਥੇ ਵੱਜੀ ਗੋਲੀ? ਪਾਤੜਾਂ 'ਚ ਕਾਰ ਬਾਜ਼ਾਰ ਦੇ ਨਜ਼ਦੀਕ ਫਾਇਰਿੰਗ ਹੋਈ ਹੈ, ਜਿਸ ਦੇ ਵਿੱਚ ਇੱਕ ਨੌਜਵਾਨ ਜ਼ਖਮੀ ਹੋਇਆ, ਉਸ ਨੂੰ ਪਟਿਆਲਾ ਰਹਿੰਦਰਾ ਹਸਪਤਾਲ ਰੈਫਰ ਕੀਤਾ ਗਿਆ ਹੈ ਔਰ ਇੱਕ ਨੌਜਵਾਨ ਦੇ ਗੰਭੀਰ ਸੱਟਾਂ ਲੱਗੀਆਂ। ਪਹਿਲਾਂ ਕੋਈ ਔਰਤ ਦੱਸਦੇ ਵੀ ਕਾਰ ਦੇ ਵਿੱਚ ਆਈ ਅਤੇ ਉਹਨੇ ਸਾਹਮਣੇ ਕਾਰ ਦੇ ਵਿੱਚ ਟੱਕਰ ਮਾਰੀ ਔਰ ਉਸ ਦੇ ਬਾਅਦ ਫਾਇਰ ਕੀਤੇ ਹੈ, ਜਿਸ ਦੇ ਵਿੱਚ ਇਹ ਨੌਜਵਾਨ ਰਵਿੰਦਰ ਸਿੰਘ ਜ਼ਖਮੀ ਹੋਇਆ। ਇਸ ਦੀ ਪੁਸ਼ਟੀ DSP ਪਾਤੜਾ ਦਲਜੀਤ ਸਿੰਘ ਵੱਲੋਂ ਕੀਤੀ ਗਈ। ਕੀ ਗੱਲ ਹੋਈ ਅੱਜ ਜੀ? ਗੱਲ ਕੀ ਜੀ, ਬਸ ਅਸੀਂ ਉੱਥੇ, ਮੇਰਾ ਆਫਿਸ ਹੈ, ਅਸੀਂ ਉੱਥੇ ਜਾਈ ਜਾਂਦੇ ਸੀ, ਬੰਦਾ ਆਪਣਾ ਜਾਣਕਾਰ ਸੀਗਾ ਜੀ।